ਨਮਸਕਾਰ ਸਤਿ ਸ਼੍ਰੀ ਅਕਾਲ, ਕਿਵੇਂ ਤੁਹਾਡੇ ਹਾਲ? ਹੋਰ ਭੈਣੋ ਭਰਾਵੋ, ਦੱਸੋ ਤੁਹਾਡਾ ਕੀ ਹਾਲ ਚਾਲ ਆ? ਅਤੇ ਅਸੀਂ ਸਭ ਵਧੀਆ ਹਾਂ। ਹੋਪ ਸੋ ਕਿ ਤੁਸੀਂ ਵੀ ਆਪਣੇ ਘਰ ਪਰਿਵਾਰਾਂ ਦੇ ਵਿੱਚ ਠੀਕ ਠਾਕ ਹੋਵੋਗੇ, ਰੱਬ ਤੁਹਾਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ। ਅਤੇ ਅੱਜ ਦਾ ਜੋ ਮੇਰਾ ਟੋਪਿਕ ਹੈ ਉਹ ਥੋੜ੍ਹਾ ਜਿਹਾ ਮੇਰੇ ਲਈ ਸੀਰੀਅਸ ਆ। ਉਹ ਇਹ ਆ ਕਿ ਫਰੈਂਡਸ, ਮੈਂ ਬਹੁਤ ਜਿੰਨਾ ਵੀ ਮੇਰੇ ਤੋਂ ਹੋ ਪਾਉਂਦਾ, ਕਿਉਂਕਿ ਮੇਰੀ ਲਾਈਫ ਥੋੜ੍ਹੀ ਹੈਕਟਿਕ ਚੱਲ ਰਹੀ ਆ, ਪਰ ਫਿਰ ਵੀ ਮੈਂ ਉਹਦੇ ਵਿੱਚੋਂ ਟਾਈਮ ਕੱਢ ਕੇ ਵੀਡੀਓਜ਼ ਬਣਾਉਂਦੀ ਹਾਂ, ਟਾਈਮ ਦਿੰਦੀ ਹਾਂ। ਹੋਰ ਵੀਡੀਓ ਬਣਾਉਣੀ ਨਹੀਂ ਔਖੀ ਹੁੰਦੀ, ਥੋੜ੍ਹਾ ਐਡੀਟਿੰਗ ਦਾ ਟਾਈਮ ਹੋ ਜਾਂਦਾ, ਕਿਉਂਕਿ ਕਈ ਵੇਲੇ ਕੋਈ ਵੀਡੀਓ ਦਾ ਐਡੀਟਿੰਗ ਬਹੁਤ ਟਾਈਮ ਲੱਗ ਜਾਂਦਾ। ਕਹਿਣ ਦਾ ਮਤਲਬ ਇਹ ਆ ਕਿ ਬਹੁਤ ਮਿਹਨਤ ਦੇ ਬਾਵਜੂਦ ਵੀ, ਬਾਕੀ ਮੈਨੂੰ ਪਤਾ ਨਹੀਂ ਆ, ਫਸਟ ਮੈਂ ਇਹ ਗੱਲ ਕਰਾਂਗੀ, ਇੰਨੀ ਮਿਹਨਤ ਦੇ ਬਾਵਜੂਦ ਵੀ ਮੈਨੂੰ ਇੰਨੇ ਵਿਊਜ਼ ਨਹੀਂ ਆ ਰਹੇ, ਨਾ ਹੀ ਮੇਰਾ ਟਾਰਗੇਟ ਪੂਰਾ ਹੋ ਰਿਹਾ ਆ। ਔਰ ਦੂਸਰੀ ਗੱਲ ਇਹ ਆ ਕਿ ਮੈਨੂੰ ਨਹੀਂ ਪਤਾ ਕਿ ਬਾਕੀ ਦੇ ਯੂਟਿਊਬਰਸ ਕਿੰਨੀ ਦੇਰ 'ਚ ਰਾਈਜ਼ ਕਰਦੇ ਆ, ਮਤਲਬ ਉਹਨਾਂ ਦੇ ਵਿਊਜ਼ ਆਉਣੇ, ਅੱਛੇ ਵਿਊਜ਼ ਆਉਣੇ ਸ਼ੁਰੂ ਹੁੰਦੇ ਆ ਅਤੇ ਉਹਨਾਂ ਦੇ ਚੈਨਲ ਮੋਨੀਟਾਈਜ਼ ਹੁੰਦੇ ਆ, ਆਈ ਡੋਂਟ ਨੋ। ਪਰ ਮੈਂ ਦੇਖਿਆ ਮੋਸਟਲੀ ਜਿੰਨੀਆਂ ਕੁ ਮੈਂ ਵੀਡੀਓਜ਼ ਦੇਖਦੀ ਹਾਂ, ਉਹ ਜਦੋਂ ਮੈਂ ਦੇਖਦੀ ਹਾਂ ਕਿ ਮਤਲਬ ਕਾਫੀ ਵਿਊਜ਼ ਆ, ਈਵਨ ਕਿ ਸਭ ਕੇ ਤੱਕ ਪਹੁੰਚੇ ਹੋਏ ਆ ਵਿਊਜ਼ ਹੀ ਉਹਨਾਂ ਦੇ, ਅਤੇ ਨੈਚੁਰਲੀ ਉਹਨਾਂ ਦੇ ਸਬਸਕ੍ਰਾਈਬਰ ਔਰ ਵਾਚ ਟਾਈਮ ਤਾਂ ਬਹੁਤ ਜ਼ਿਆਦਾ ਹੋਣਾ, ਹੈ ਨਾ। ਅਤੇ ਚਲੋ, ਮੈਂ ਇਹੀ ਕਹਿੰਦੀ ਹਾਂ ਕਿ ਹਰੇਕ ਨੂੰ ਉਹਦੀ ਮਿਹਨਤ ਦਾ ਫਲ ਮਿਲੇ, ਹੈ ਨਾ। ਪਰ ਪਤਾ ਨਹੀਂ ਇੱਧਰ ਹੀ ਗਲਤੀ ਕਿੱਥੇ ਹੋ ਰਹੀ ਆ ਕਿ ਮੈਨੂੰ ਹੁਣ, ਅਗਰ ਮੈਂ ਗਲਤ ਨਹੀਂ ਹਾਂ ਤਾਂ ਫਿਰ ਵੀ ਮੈਨੂੰ ਹੋ ਗਏ ਆ 8 ਕੁ ਮਹੀਨੇ ਹੋ ਹੀ ਗਏ ਆ ਸ਼ਾਇਦ ਮੈਨੂੰ ਚੈਨਲ ਨੂੰ ਦੁਬਾਰਾ ਸਟਾਰਟ ਕੀਤੇ ਨੂੰ, ਕਿਉਂਕਿ ਵੈਸੇ ਮੇਰਾ ਚੈਨਲ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਬਹੁਤ ਪੁਰਾਣਾ ਆ। ਉਦੋਂ ਕੋਪੀਰਾਈਟ ਵਗੈਰਾ ਤਾਂ ਕੁਛ ਪਤਾ ਹੀ ਨਹੀਂ ਸੀ ਹੁੰਦਾ, ਅਤੇ ਬਸ ਜੀ ਉਹ ਨਵੇਂ ਨਵੇਂ ਸਿੱਖੇ ਸੀਗੇ ਅਤੇ ਜਿੱਦਾਂ ਪਤਾ ਲੱਗਾ ਉਹ ਆਪਣੀਆਂ ਪਿਕਸ ਪਾ ਕੇ, ਅਤੇ ਚਲੋ ਜੀ ਅਸੀਂ ਵੀਡੀਓ ਬਣਾ ਬਣੂ ਕੇ ਪਾਉਂਦੇ ਰਹੇ, ਅਤੇ ਚਲੋ ਹਾਂ ਬਹੁਤ ਪਿੱਛੇ ਜਾ ਚੁੱਕੀ ਆ ਮੇਰੀ ਵੀਡੀਓਜ਼, ਉਹ ਤਾਂ ਨਾ ਤਾਂ ਉਹ ਵਿੱਚ ਲੈ ਰਹੇ ਆ ਮੋਨੀਟਾਈਜ਼ ਕਰਨ ਨੂੰ ਨਾ ਕੁਛ ਆ, ਅਤੇ ਉਹਦੇ ਵਿੱਚ ਮੇਰੇ ਵਿਊਜ਼ ਫਿਰ ਵੀ ਠੀਕ ਠਾਕ ਆ, ਪਰ ਉਹ 10 ਸਾਲ ਪੁਰਾਣੀ ਗੱਲ ਕਰ ਰਹੀ ਹਾਂ ਮੈਂ ਆਪਣੇ। ਜਦੋਂ ਤੁਸੀਂ ਮੇਰੇ ਚੈਨਲ 'ਚ ਜਾ ਕੇ ਦੇਖੋਗੇ ਨੀਚੇ ਜਾ ਕੇ, ਅਤੇ ਵਿਊਜ਼ ਫਿਰ ਵੀ ਕਈ ਵੀਡੀਓਜ਼ 'ਤੇ ਕਾਫੀ ਅੱਛੇ ਆ। ਓਕੇ ਜੀ, ਬਾਕੀ ਦੂਸਰੀ ਗੱਲ ਇਹ ਆ ਕਿ ਦੇਖੋ, ਮੈਨੂੰ ਕਈ ਕਹਿ ਦਿੰਦੇ ਕਿ ਤੂੰ ਹਿੰਦੀ 'ਚ ਬਣਾ ਬਲੌਗ, ਆਈ ਡੋਂਟ ਨੋ, ਹੋ ਸਕਦਾ ਮੇਰਾ ਹੀ ਫੋਲਟ ਹੋਵੇ, ਬਟ ਗੱਲ ਇਹ ਆ ਕਿ ਹਿੰਦੀ ਦੇ ਵਿੱਚ ਬਣਾਉਣ ਨੂੰ ਕੋਈ ਪ੍ਰੋਬਲਮ ਨਹੀਂ ਆ, ਅਤੇ ਉਹ ਪ੍ਰੋਬਲਮ ਇਹ ਹੈ ਕਿ ਹੁਣ ਕੱਲ੍ਹ ਪਰਸੋਂ ਮੈਂ ਬਲੌਗ ਦੇਖ ਰਹੀ ਸੀਗੀ ਆਪਣੇ ਦੇਵਰ ਦਾ, ਆਗਾਜ਼ ਮਿਊਜ਼ਿਕ ਐਂਡ ਬਲੌਗਸ, ਉਹਨਾਂ ਨੂੰ ਇਹ ਕਿਸੇ ਨੇ ਕਮੈਂਟ ਕੀਤੇ ਆ ਕਿ ਤੁਸੀਂ, ਸੋਰੀ ਮੇਰਾ ਕੈਮਰਾ ਹਿੱਲ ਰਿਹਾ, ਹੁਣ ਠੀਕ ਹੋਏਗਾ, ਕਿ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਬਲੌਗ ਬਣਾਉਂਦੇ, ਠੀਕ ਹੈ। ਅਤੇ ਈਵਨ ਕਿ ਮੈਨੂੰ ਮੇਰੇ ਹਸਬੈਂਡ ਬਹੁਤ ਵਾਰੀ ਕਹਿ ਚੁੱਕੇ ਆ ਕਿ ਤੂੰ ਹਿੰਦੀ 'ਚ ਬਲੌਗ ਬਣਾਉਣੇ ਸ਼ੁਰੂ ਕਰ। ਦੇਖੋ ਫਰਕ ਕੋਈ ਨਹੀਂ ਆ, ਚਾਹੇ ਮੈਂ ਹਿੰਦੀ 'ਚ ਬਣਾਵਾਂ ਚਾਹੇ ਪੰਜਾਬੀ 'ਚ ਬਣਾਵਾਂ, ਅਤੇ ਹਿੰਦੀ 'ਚ ਜੋ ਆਗਾਜ਼ ਉਹਨਾਂ ਨੇ ਕਿਹਾ ਆ ਕਿ ਹਾਂ ਉਹ ਥੋੜ੍ਹਾ ਵਰਲਡ ਵਾਈਡ ਹੋ ਜਾਂਦਾ, ਜਿੱਦਾਂ ਕਹਿ ਲਓ ਕਿ ਹਰ ਜਗ੍ਹਾ ਆਪਣੇ ਲੋਕ ਆ, ਕਿਉਂਕਿ ਪਹਿਲਾਂ ਤਾਂ ਆਪਣਾ ਇੰਡੀਆ ਪੰਜਾਬ ਤੋਂ ਅੱਗੇ ਪੰਜਾਬੀ ਬਹੁਤ ਘੱਟ ਲੋਕਾਂ ਨੂੰ, ਮਤਲਬ ਕਿ ਦਿੱਲੀ ਬਹੁਤ ਘੱਟ ਲੋਕ ਆ ਜਿਹੜੇ ਆਪਣੀ ਪੰਜਾਬੀ ਜਾਣਦੇ ਆ, ਅਤੇ ਉਹ ਬਾਕੀ ਹੁਣ ਦੇਖੋ ਅਮੈਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਆਪਣੇ ਕਿੰਨੇ ਪੰਜਾਬੀ ਆ, ਬਟ ਉਹ ਦੇਖਦੇ ਆ। ਮੇਰੇ 1-2 ਵਿਊਅਰਸ ਹੈਗੇ ਆ ਜਿਨ੍ਹਾਂ ਨੇ ਮੈਨੂੰ ਮੈਸੇਜ ਵੀ ਆਉਂਦੇ ਆ ਕਿ ਉਹ ਕੈਨੇਡਾ ਦੇ ਵਿੱਚ ਆ, ਠੀਕ ਆ। ਅਤੇ ਦੇਖੋ ਮਾਂ ਬੋਲੀ ਤਾਂ ਆਪਣੀ ਪੰਜਾਬੀ ਆ, ਹੈ ਨਾ। ਤੁਸੀਂ ਯਕੀਨ ਮੰਨੋ ਕਿ ਮੇਰੇ ਬੱਚੇ ਗ੍ਰੀਕ ਲੈਂਗੁਏਜ 'ਚ ਪੜ੍ਹੇ ਆ, ਠੀਕ ਹੈ। ਅਤੇ ਮੇਰੀ ਬੇਟੀ ਜਿਹੜੀ ਆ ਉਹਦਾ ਤਾਂ ਬੌਰਨ ਹੀ ਗ੍ਰੀਸ ਦੇ ਵਿੱਚ ਹੋਇਆ, ਪਰ ਮੈਂ ਆਪਣੇ ਘਰ ਦੇ ਵਿੱਚ ਨਾ ਸ਼ੁਰੂ ਤੋਂ ਬੱਚਿਆਂ ਨੂੰ ਇੱਕੋ ਹੀ ਗੱਲ ਕਹੀ ਵੀ ਘਰ ਦੇ ਅੰਦਰ ਪੰਜਾਬੀ 'ਚ ਗੱਲ ਕਰਨੀ ਆ, ਬਾਹਰ ਤੁਸੀਂ ਆਪਣੇ ਫਰੈਂਡਸ ਦੇ ਨਾਲ ਜਾਂ ਉੱਦਾਂ ਘਰ ਦੇ ਵਿੱਚ ਕੋਈ ਆ ਗਿਆ ਕੋਈ, ਉੱਦਾਂ ਤੁਸੀਂ ਗ੍ਰੀਕ ਕਿਤੇ ਯੂਜ਼ ਕਰਨੀ ਆ ਉਹਨਾਂ ਨਾਲ, ਜਿਹੜੇ ਨਹੀਂ ਜਾਣਦੇ ਉਹ ਅਲੱਗ ਚੀਜ਼ ਆ, ਬਟ ਘਰ ਦੇ ਵਿੱਚ ਔਰ ਆਪਣੇ
ਇੰਡੀਅਨ ਫਰੈਂਡਸ ਜਿਹੜੇ ਸਾਡੇ ਸੀਗੇ ਉਹਨਾਂ ਨਾਲ ਹਮੇਸ਼ਾ ਪੰਜਾਬੀ 'ਚ ਗੱਲ ਕਰਨੀ ਆ। ਇਹ ਨਹੀਂ ਆ ਕਿ ਹਿੰਦੀ ਅੱਛੀ ਨਹੀਂ ਆ ਜਾਂ ਕੋਈ ਹੋਰ ਲੈਂਗੁਏਜ ਅੱਛੀ ਨਹੀਂ, ਲੈਂਗੁਏਜ ਸਾਰੀਆਂ ਅੱਛੀਆਂ ਆ, ਠੀਕ ਆ। ਸਿਰਫ ਕੀ ਗੱਲ ਹੈਗੀ ਆ ਕਿ ਗੱਲ ਇਹ ਆਉਂਦੀ ਆ ਕਿ ਤੁਸੀਂ, ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦੀ ਹਾਂ, ਮੇਰੀ ਬੇਟੀ ਪਹਿਲੀ ਵਾਰ ਜਦੋਂ, ਨਹੀਂ ਸੋਰੀ, ਪਹਿਲੀ ਵਾਰ ਜਦੋਂ ਗਈ ਉਦੋਂ ਤਾਂ ਛੋਟੀ ਸੀਗੀ, ਮਤਲਬ ਜਦੋਂ ਉਹ ਸੰਭਾਲੀ ਤੋਂ ਬਾਅਦ ਜਦੋਂ ਉੱਥੇ ਗਈ ਆ ਇੰਡੀਆ, ਤਾਂ ਸਾਰੇ ਹੈਰਾਨ ਸੀ ਕਿ ਇਹ ਕੁੜੀ ਮਤਲਬ ਉੱਧਰਲੀ ਬੌਨ ਆ, ਠੀਕ ਆ। ਅਤੇ ਮਤਲਬ ਵੱਡੇ ਬੇਟੇ ਵੱਡੇ ਭਰਾ ਵੀ ਜਿੱਦਾਂ ਗ੍ਰੀਕ ਸਕੂਲਾਂ 'ਚ ਪੜ੍ਹਦੇ ਆ ਉੱਥੇ, ਅਤੇ ਇਹ ਕੁੜੀ ਇੰਨੀ ਅੱਛੀ ਪੰਜਾਬੀ ਕਿੱਦਾਂ ਬੋਲ ਲੈਂਦੀ ਆ, ਠੀਕ ਆ। ਮੇਰੀ ਕੁੜੀ ਇੰਨੀ ਸੋਹਣੀ ਪੰਜਾਬੀ ਉੱਥੇ ਆ ਕੇ ਬੋਲੀ ਕਿ ਸਾਰੇ ਮਤਲਬ ਮੇਰੇ ਰੈਲੇਟਿਵਸ ਜਿਹੜੇ ਸੀ ਨਾ, ਸਭ ਇਹੀ ਕਹਿੰਦੇ ਸੀ ਕਿ ਕਿੰਨੀ ਸੋਹਣੀ ਪੰਜਾਬੀ ਇਹ ਬੋਲਦੀ। ਦੇਖੋ ਲੈਂਗੁਏਜ ਕੋਈ ਨਹੀਂ, ਮੈਂ ਫੇਰ ਕਹਿੰਦੀ ਹਾਂ ਮਾੜੀ ਆ। ਬਾਕੀ ਮੈਂ ਇੱਕ ਤਰ੍ਹਾਂ ਤੁਹਾਡੀ ਸਲਾਹ ਹੀ ਮੰਗ ਰਹੀ ਹਾਂ ਕਿ ਮੈਨੂੰ ਤੁਸੀਂ ਦੱਸੋ ਕਿ ਕਿਆ ਮੈਨੂੰ ਹਿੰਦੀ 'ਚ ਬਲੌਗ ਬਣਾਉਣੇ ਚਾਹੀਦੇ ਆ ਕਿ ਤਾਂ ਮੈਨੂੰ ਵਿਊਜ਼ ਆਉਣਗੇ। ਬਾਕੀ ਚਲੋ ਕੁਛ ਲੱਕ ਦੀ ਵੀ ਗੱਲ ਹੁੰਦੀ ਆ ਕਿ ਜਿਹੜੇ ਮੈਂ ਹਲੇ ਰਾਈਜ਼ ਨਹੀਂ ਕਰ ਪਾ ਰਹੀ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋ ਸਕਦਾ, ਹੋ ਸਕਦਾ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਯੂਟਿਊਬ ਸ਼ੁਰੂ ਕੀਤਾ ਸੀਗਾ, ਇਹ ਔਰ ਜਦੋਂ ਫੇਸਬੁੱਕ ਸ਼ੁਰੂ ਕੀਤੇ ਸੀ ਉਦੋਂ ਹਲੇ ਨਵੇਂ ਨਵੇਂ ਫੇਸਬੁੱਕ ਅਤੇ ਨਵੇਂ ਨਵੇਂ ਯੂਟਿਊਬ ਦਾ ਟ੍ਰੈਂਡ ਹੋਇਆ ਸੀਗਾ, ਅਤੇ ਮੈਂ ਉਦੋਂ ਦੇ ਇਹ ਚੀਜ਼ਾਂ ਨੂੰ ਯੂਜ਼ ਕਰ ਰਹੀ ਹਾਂ। ਅਤੇ ਉਦੋਂ ਆ ਸੈਟਿੰਗਾਂ ਸ਼ੈਟਿੰਗਾਂ ਮੈਨੂੰ ਇੰਨੀਆਂ ਨਾ ਤਾਂ ਪਤਾ ਸੀ, ਸਿੰਪਲ ਜੋ ਸੀ ਬਸ ਉੱਦਾਂ ਸ਼ੁਰੂ ਕਰ ਦਿੱਤਾ ਤਾ। ਔਰ ਹੁਣ ਤਾਂ ਤੁਹਾਨੂੰ ਪਤਾ ਹਰੇਕ ਚੀਜ਼ ਤੋਂ ਲੋਕ ਅਰਨ ਕਰ ਰਹੇ ਆ, ਹੈ ਨਾ। ਇਹਨਾਂ ਚੀਜ਼ਾਂ ਦਾ ਮੈਨੂੰ ਕੁਛ ਵੀ ਨੌਲੇਜ ਨਹੀਂ ਆ, ਕੁਛ ਵੀ ਦਾ ਮਤਲਬ ਕੁਛ ਵੀ ਨਹੀਂ। ਹਾਂ, ਮੈਂ ਇੱਕ ਐਂਟਰਟੇਨ ਦੇ ਹਿਸਾਬ ਨਾਲ ਸ਼ੁਰੂ ਕੀਤਾ ਸੀ, ਬਟ ਸਲੋਲੀ ਸਲੋਲੀ ਜਦੋਂ ਮੈਨੂੰ ਪਤਾ ਲੱਗਣ ਲੱਗਾ, ਕਿਉਂਕਿ ਮੇਰਾ ਜਿਹੜੀ ਰੂਟੀਨ ਆ ਨਾ, ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਹਾਂ ਕਿ ਮੈਂ ਚਾਹ ਦਾ ਕੱਪਾ, ਦੇਖੋ ਹੁਣ ਵੀ ਮੈਂ ਚਾਹ ਪੀ ਕੇ ਹਟੀ ਹਾਂ, ਇਹ ਦੇਖੋ ਮੇਰਾ ਕੱਪ ਹਲੇ ਵੀ ਮੇਰੇ ਕੋਲ ਪਿਆ ਆ, ਆਹ ਦੇਖੋ। ਬਟ ਗੱਲ ਇਹ ਆ ਕਿ ਜਦੋਂ ਮੈਂ ਸਵੇਰੇ ਚਾਹ ਪੀਂਦੀ ਹਾਂ ਨਾ, ਮੈਂ ਉੱਠਦੇ ਸਾਰ ਹੀ, ਮੈਂ ਪਹਿਲਾਂ ਤਾਂ ਨਾ ਜਦੋਂ ਮੋਰਨਿੰਗ ਉੱਠਣਾ ਵਾ, ਥੋੜ੍ਹਾ ਹਲਕਾ ਫੁਲਕਾ ਕੋਈ ਪਾਠ ਲਗਾ ਕੇ, ਫਿਰ ਮੈਂ ਆਪਣਾ ਜਿੱਦਾਂ ਫਰੈਸ਼ ਫਰੈਸ਼ ਹੋ ਕੇ ਜਦੋਂ ਮੈਂ ਆਉਣਾ, ਜਦ ਤੱਕ ਪਾਠ ਚੱਲ ਲੈਣਾ ਥੋੜ੍ਹਾ ਜਿਹਾ ਘਰ 'ਚ, ਫਿਰ ਮੈਂ ਨਾ ਬੈਠ ਜਾਂਦੀ ਚਾਹ ਦਾ ਕੱਪ ਲੈ ਕੇ, ਫਿਰ ਮੈਂ ਬਲੌਗਸ ਦੇਖਦੀ ਹਾਂ। ਤੁਹਾਨੂੰ ਦੱਸਿਆ ਜਿਹੜੇ ਬਲੌਗਸ ਦੇ ਮੈਂ ਬਲੌਗ ਦੇਖਦੀ ਹਾਂ, ਰੂਟੀਨ 'ਚ ਦੇਖਦੀ ਹਾਂ। ਅਤੇ ਉਹ ਜਦੋਂ ਮੈਂ ਦੇਖਦੀ ਹਾਂ, ਮੈਂ ਨਾ ਇੱਦਾਂ ਦੇਖਦੀ, ਪਹਿਲਾਂ ਪਹਿਲਾਂ ਵੀ ਜਦੋਂ ਇੱਦਾਂ ਮੈਂ ਦੇਖਦੀ ਹੁੰਦੀ ਸੀ ਨਾ, ਮੈਨੂੰ ਬੜਾ ਹੋਣਾ ਕਿ ਮੇਰੀ ਬੇਟੀ ਨੇ ਕਹਿਣਾ, ਮੰਮਾ ਤੁਸੀਂ ਕਿਉਂ ਨਹੀਂ ਕਰਦੇ, ਮੰਮਾ ਤੁਸੀਂ ਕਿਉਂ ਨਹੀਂ ਕਰਦੇ। ਮੈਂ ਕਹਿਣਾ ਨਹੀਂ, ਤੁਹਾਨੂੰ ਮੈਨੂੰ ਸ਼ਰਮ ਆਉਂਦੀ ਹੈ ਜਿੱਦਾਂ ਕਹਿ ਲਓ, ਲੈ ਮੰਮਾ ਸਭ ਦੁਨੀਆ ਬਣਾਈ। ਸਹੀ ਗੱਲ ਆ, ਮੈਂ ਦੇਖ ਕੇ ਹੈਰਾਨ ਰਹਿ ਗਈ ਹਾਂ ਕੌਣ ਇਨਸਾਨ ਆ ਜਿਹੜਾ ਅੱਜ ਕੱਲ੍ਹ ਬਲੌਗਰ ਨਹੀਂ ਆ। ਯੂਟਿਊਬ ਬਲੌਗਰਸ ਇੰਨੇ ਵੱਧ ਚੁੱਕੇ ਆ ਕਿ ਉਹ ਯਾਨੀ ਕਿ ਇੱਕ ਕੱਢੋ ਅਤੇ ਹਜ਼ਾਰ ਨਿਕਲਦੇ ਆ ਉਹਦੇ ਨਾਲ ਨਾਲ ਰਿਲੇਟਿਡ ਵੀਡੀਓਸ, ਹੈ ਨਾ। ਅਤੇ ਬਹੁਤ ਅੱਛੀ ਪਲੇਟਫਾਰਮ ਦਿੱਤੀ ਆ, ਚਲੋ ਹੈਗੀ ਚਾਹੇ ਚਾਈਨਾ ਵਾਲਿਆਂ ਦੀ ਆ ਜੋ ਵੀ ਆ, ਅਤੇ ਉਹਨਾਂ ਨੇ ਸਾਨੂੰ ਇੱਕ ਕਮਾਈ ਦਾ ਸਾਧਨ ਦਿੱਤਾ ਵਾ ਆਮ ਬੰਦਿਆਂ ਨੂੰ, ਬਹੁਤ ਅੱਛੀ ਗੱਲ ਆ। ਬਟ ਯਾਰ ਇੱਦਾਂ ਵੀ ਨਾ ਕਰੋ ਕਿ ਇੱਕ ਨੂੰ ਇੰਨਾ ਚੜ੍ਹਾਈ ਜਾਓ ਉੱਪਰ ਅਤੇ ਇੱਕ ਨੂੰ ਬਿਲਕੁਲ ਹੀ ਥੱਲੇ ਲਾਈ ਰੱਖੋ, ਥੋੜ੍ਹਾ ਬਰਾਬਰ ਦਾ ਹਿਸਾਬ ਕਿਤਾਬ ਰੱਖੋ ਨਾ। ਇੱਕ ਇਹਨਾਂ ਨੇ ਨਾ ਜਿਹੜਾ ਮੋਨੀਟਾਈਜ਼ ਆ ਵਾਚ ਆਵਰ ਆ, ਉਹ ਜ਼ਿਆਦਾ ਮੇਰਾ ਉਹ ਨਹੀਂ ਹਲੇ ਕੰਪਲੀਟ ਹੋ ਰਿਹਾ। ਬਿਕੋਜ਼ ਦੇਖੋ ਮੈਂ ਅੱਗੇ ਵੀ ਆਪਣੀ ਵੀਡੀਓਜ਼ 'ਚ ਦੱਸਿਆ ਕਿ ਮੇਰਾ ਬਾਹਰ ਜਾਣਾ ਬਹੁਤ ਘੱਟ ਹੁੰਦਾ ਆ, ਕੁਛ ਕਾਰਨ ਉਹਦਾ ਮੇਰੀ ਹੈਲਥ ਆ, ਕੁਛ ਕਾਰਨ ਇੱਥੇ ਦਾ ਵੈਦਰ ਆ, ਔਰ ਕੁਛ ਕਾਰਨ ਇਹ ਕਿ ਮੈਂ ਘਰ 'ਚ ਬਹੁਤ ਬਿਜ਼ੀ ਹਾਂ। ਮੈਂ ਸ਼ੁਰੂ ਤੋਂ ਹੀ ਨਾ ਮਤਲਬ ਮੇਰਾ ਇਹ ਹੁੰਦਾ ਕਿ ਮੇਰਾ ਜਿਹੜਾ ਟਾਈਮ ਆ ਨਾ ਉਹ ਮੇਰੇ ਫੈਮਿਲੀ ਦਾ ਹੋਵੇ, ਮੀਨਸ ਚਾਹੇ ਉਹ ਮੇਰੀ ਕੁਕਿੰਗ ਦਾ ਹੋ ਜਾਵੇ, ਚਾਹੇ ਮੈਨੂੰ ਘਰ ਸਭ ਚਾਹੀਦਾ। ਮੈਨੂੰ ਇੱਦਾਂ ਨਹੀਂ ਆ ਕਿ ਮਤਲਬ ਮੈਂ ਸਵੇਰ ਤੋਂ ਨਿਕਲ ਗਈ ਹਾਂ ਅਤੇ ਮੈਂ ਦੁਪਹਿਰ ਸ਼ਾਮ ਪੈ ਗਈ ਆ ਅਤੇ ਉੱਧਰੋਂ ਘਰ ਦੇ ਘਰ ਆਉਣ ਵਾਲੇ ਆ ਅਤੇ ਮੇਰਾ ਘਰ ਖਿਲ ਰਿਹਾ ਪਿਆ ਆ ਜਾਂ ਖਾਣਾ ਦਾਣਾ ਨਹੀਂ ਬਣਿਆ ਆ ਜਾਂ ਕੁਛ ਨਹੀਂ ਉਹਨਾਂ ਨੂੰ ਮਿਲ ਰਿਹਾ ਆ ਕੇ। ਨੋ, ਮੈਨੂੰ ਸ਼ੁਰੂ ਤੋਂ ਹੀ, ਮੈਂ ਗ੍ਰੀਸ ਦੇ ਵਿੱਚ 19 ਸਾਲ ਰਹਿ ਕੇ ਆਈ ਹਾਂ ਅਤੇ ਉਸ 19 ਸਾਲਾਂ ਦੇ ਵਿੱਚ ਮੈਂ ਜੋਬ ਵੀ ਕੀਤੀ, ਬੱਚੇ ਛੋਟੇ ਸੀ ਉਹਨਾਂ ਨੂੰ ਵੀ ਸੰਭਾਲਿਆ। ਔਰ ਮੇਰੇ ਘਰ ਕੋਈ ਕਹਿ ਰਹੇ ਸਹੀ ਕਿ ਜਿੰਨੀਆਂ ਮੇਰੀਆਂ ਫਰੈਂਡਸ ਆ ਮਤਲਬ ਜਦੋਂ ਆਉਂਦੀਆਂ ਸੀ ਉਹ ਇਹੀ ਕਹਿੰਦੇ ਸੀ, ਦੀਦੀ ਤੁਸੀਂ ਕਿੱਦਾਂ ਮੇਨਟੇਨ ਕਰ ਲੈਂਦੇ ਸਾਰਾ ਕੁਝ, ਕਿ ਮਤਲਬ ਤੁਸੀਂ ਬੱਚਿਆਂ ਦੀ ਵੀ ਕੇਅਰ ਅੱਛੀ ਤਰ੍ਹਾਂ ਕਰਦੇ। ਮੈਨੂੰ ਇੱਕ ਘਰ ਨਾਲ ਇੰਨਾ ਕੁ ਲਗਾਵ ਆ ਨਾ ਕਿ ਮੈਂ ਫਸਟ ਪ੍ਰਾਇਓਰਟੀ ਆਪਣੀ ਫੈਮਿਲੀ ਨੂੰ ਔਰ ਘਰ ਨੂੰ ਦਿੰਦੀ ਹਾਂ, ਬਾਕੀ ਸਭ ਮੇਰੇ ਸੈਕਿੰਡ 'ਤੇ ਰਹਿ ਜਾਂਦੀਆਂ, ਸੈਕਿੰਡ ਤੋਂ ਸਟਾਰਟ ਹੁੰਦੀਆਂ, ਚਾਹੇ ਫਿਰ ਕੋਈ ਵੀ ਆ, ਚਾਹੇ ਮੇਰਾ ਘੁੰਮਣਾ ਫਿਰਨਾ ਵਾ, ਚਾਹੇ ਕੁਛ ਵੀ ਆ। ਹੁਣ
ਕਹਿਣ ਦਾ ਮਤਲਬ ਇਹ ਆ ਕਿ ਜੇ ਮੈਂ ਬਾਹਰ ਨਹੀਂ ਜਾਂਦੀ, ਜੇ ਮੇਰੇ ਬਾਹਰ ਦੇ ਬਲੌਗ ਨਹੀਂ ਵੀ ਬਣਦੇ ਹੈਗੇ, ਬਟ ਮੈਂ ਘਰ ਦੇ ਵਿੱਚ ਕੋਸ਼ਿਸ਼ ਕਰਦੀ ਰਹਿੰਦੀ ਹਾਂ ਕਿ ਮੈਂ ਕੁਛ ਨਾ ਕੁਛ ਅੱਛਾ ਦਿਖਾ ਸਕਾਂ ਤੁਹਾਨੂੰ। ਹਾਂ, ਮੈਂ ਇਹ ਹੁਣ ਪਿੱਛੇ ਇੱਕ ਦੋ ਵੀਡੀਓ ਮੈਂ ਤੁਹਾਨੂੰ ਦਿਖਾਈ ਹਾਂ ਕਿ ਮਤਲਬ ਜਸਟ ਮੈਂ ਇੱਦਾਂ ਕਰਨਾ ਅੱਛਾ ਲੱਗਦਾ, ਕਿ ਜੋ ਵੀ ਮੇਰੇ ਦਿਮਾਗ 'ਚ ਜਾਂ ਦਿਲ 'ਚ ਚੱਲ ਰਿਹਾ ਨਾ, ਮੇਰਾ ਦਿਲ ਹੁੰਦਾ ਕਿ ਮੈਂ ਉਹ ਕਿਸੇ ਨਾਲ ਸ਼ੇਅਰ ਕਰਾਂ। ਅਤੇ ਤੁਹਾਨੂੰ ਹੁਣ ਮੈਂ ਆਪਣੀ ਫੈਮਿਲੀ ਬਣਾਇਆ, ਇਸ ਕਰਕੇ ਮੈਂ ਕਈ ਗੱਲਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਂਦੀ ਹਾਂ। ਔਰ ਮੇਰਾ ਟੌਪਿਕ ਕੋਈ ਇੱਦਾਂ ਨਹੀਂ ਹੁੰਦਾ ਕਿ ਜੀ ਜਿੱਦਾਂ ਲੋਕ ਇੱਕ ਮੁੱਦਾ ਪਕੜ ਕੇ ਉਹਦੇ 'ਤੇ ਕਰਦੇ ਨੋ, ਮੇਰਾ ਉਹ ਹੁੰਦਾ ਕਿ ਜੋ ਮੇਰੇ ਅੰਦਰ ਚੱਲ ਰਿਹਾ ਆ। ਠੀਕ ਹੈ, ਹੁਣ ਮੇਰੇ ਅੰਦਰ ਇਹੀ ਚੱਲ ਰਿਹਾ ਸੀਗਾ ਮੇਰੇ ਮਾਇੰਡ ਦੇ ਵਿੱਚ ਕਿ ਯਾਰ ਕਿੱਦਾਂ ਇੱਕ ਯੂਟਿਊਬਰ ਇੰਨਾ ਉੱਪਰ ਚੜ੍ਹੀ ਜਾਂਦੇ ਆ ਅਤੇ ਇੱਕ ਯੂਟਿਊਬਰ ਵਿਚਾਰੇ ਇੰਨੇ ਨੀਚੇ ਆ। ਠੀਕ ਹੈ ਨਾ, ਬਾਕੀ ਨੀਚੇ ਵਾਲੇ ਤਾਂ ਮੈਂ ਕੋਈ ਦੇਖਿਆ ਹੀ ਨਹੀਂ ਨਾ। ਮੈਨੂੰ ਤਾਂ ਲੱਗਦਾ ਮੈਂ ਜਦੋਂ ਯੂਟਿਊਬ ਖੋਲ੍ਹਦੀ ਹਾਂ ਨਾ, ਮੈਨੂੰ ਲੱਗਦਾ ਕਿ ਸਭ ਤੋਂ ਮਤਲਬ ਲੂਜ਼ਰ ਮੈਂ ਹਾਂ, ਵੀ ਮੇਰੇ ਵਿਊਜ਼ ਇੰਨੇ ਘੱਟ ਕਿਉਂ ਆ। ਐਕਚੁਲੀ ਐਨਾਲਿਸਿਸ ਦੇ ਵਿੱਚ ਜਿੱਦਾਂ ਜਾ ਕੇ ਮੈਂ ਕਈ ਵੇਲੇ ਦੇਖਦੀ ਹਾਂ, ਉਹਦੇ ਵਿੱਚ ਹੁੰਦਾ ਕਿ ਇੰਨੇ ਸਬਸਕ੍ਰਾਈਬਰ ਹੋਏ ਆ ਤੁਹਾਡੇ, ਹੋਰ ਵਧੇ ਆ, ਪਰ ਮੈਨੂੰ ਦਿਖਦੇ ਉਹ ਨਹੀਂ ਆ, ਰਹਿੰਦੇ ਆ। ਠੀਕ ਹੈ, ਔਰ ਉਸ ਤੋਂ ਬਾਅਦ ਫਿਰ ਕਿਸੇ ਦਿਨ ਮੈਨੂੰ ਦਿਖਦੇ ਆ ਕਿ ਤੁਹਾਡੇ ਇੰਨੇ ਸਬਸਕ੍ਰਾਈਬਰ ਘੱਟ ਗਏ, ਅਤੇ ਮੈਂ ਸੋਚਦੀ ਯਾਰ ਮੈਂ ਇੱਦਾਂ ਦਾ ਕੀ ਗਲਤ ਕੀਤਾ ਕਿ ਜਿਹੜਾ ਉਹਨਾਂ ਨੂੰ ਮੇਰੀ ਵੀਡੀਓ ਨੂੰ ਪਸੰਦ ਆ ਗਈ, ਉਹਨਾਂ ਨੇ ਮੈਨੂੰ ਜਿਹੜਾ ਅਨਸਬਸਕ੍ਰਾਈਬ ਕੀਤਾ। ਬਟ ਚਲੋ ਕੋਈ ਗੱਲ ਨਹੀਂ, ਆਪਣੀ ਆਪਣੀ ਸੋਚ ਆ, ਉਹ ਨਹੀਂ ਮੈਂ ਮਾਇੰਡ ਕਰਦੀ ਕਿਹਨੇ ਕੀ ਕੌਣ ਕਰਦਾ ਕਿੱਦਾਂ ਕਰਦਾ। ਬਟ ਤੁਹਾਡੇ ਨਾਲ ਅੱਜ ਗੱਲ ਕਰਨ ਦਾ ਮੇਨ ਮੁੱਦਾ ਇਹ ਆ ਕਿ ਪਲੀਜ਼ ਮੈਨੂੰ ਦੱਸੋ ਕਿ ਕਿਆ ਮੈਂ ਆਪਣੇ ਬਲੌਗਸ ਹਿੰਦੀ 'ਚ ਬਣਾਵਾਂ ਜਾਂ ਪੰਜਾਬੀ 'ਚ ਰਹਿਣ ਦਾ। ਬਾਕੀ ਹਾਂ, ਬਾਕੀ ਸਬ ਟਾਈਟਲ ਦੀ ਗੱਲ, ਉਹ ਮੇਰੇ ਹਸਬੈਂਡ ਕਹਿੰਦੇ ਕਿ ਤੂੰ ਸਬ ਟਾਈਟਲ, ਯਾਰ ਮੇਰੇ ਕੋਲ ਇੰਨਾ ਨਹੀਂ ਹੋ ਪਾਉਂਦਾ। ਠੀਕ ਹੈ ਨਾ, ਕਿਉਂਕਿ ਮੈਂ ਜ਼ਿਆਦਾ ਜਾਣਦੀ ਵੀ ਹੈ ਨਹੀਂ। ਮੈਂ ਤੁਹਾਨੂੰ ਦੱਸਿਆ ਅੱਗੇ ਵੀ ਕਿ ਮੇਰਾ ਜਿੰਨੀ ਕੁ ਐਡੀਟਿੰਗ ਕਰ ਸਕਦੀ ਹੈ ਨਾ, ਮੈਂ ਉਨੀ ਕੁ ਹੁਣ ਬਸ ਪੱਕੀ ਕੀਤੀ ਹੋਈ ਕਿ ਹੁਣ ਮੈਂ ਇੰਨੀ ਕੁ ਮਤਲਬ, ਕਿਉਂਕਿ ਨਹੀਂ ਹੋ ਪਾਉਂਦਾ, ਉਸ ਕਰਕੇ ਜਸਟ ਮੈਂ ਸਿੰਪਲ ਇੱਕ ਵੀਡੀਓ ਬਣਾਉਂਦੀ ਹਾਂ ਅਤੇ ਉਹਨੂੰ ਮੈਂ ਐਡਿਟ ਕਰਕੇ ਅਤੇ ਅਪਲੋਡ ਕਰ ਦਿੰਦੀ ਹਾਂ, ਅਤੇ ਉਹਦੇ ਵਿੱਚ ਕੀ ਖਾਮੀਆਂ ਵਾਂ ਕੀ ਨਹੀਂ ਆ, ਈਵਨ ਦੋ ਕੀ ਆਇਆ ਮੈਨੂੰ ਖੁਦ ਨੂੰ ਨਹੀਂ ਪਤਾ। ਓਕੇ, ਮੈਂ ਪਰ ਕਈ ਦੇਖਦੀ ਹਾਂ ਵੀ ਇਹੋ ਜਿਹੀਆਂ ਵੀਡੀਓਜ਼ ਹੋਰ ਯੂਟਿਊਬਰਸ ਆ ਜਿਹੜੇ ਬਣਾਉਂਦੇ ਆ, ਜਸਟ ਉਹ ਸਵੇਰੇ ਉੱਠੇ ਆ ਜੀ, ਗੁੱਡ ਮੋਰਨਿੰਗ ਹੋਈ ਆ ਜੀ, ਹੁਣ ਆਪਾਂ ਚਾਹ ਪੀ ਰਹੇ ਹਾਂ ਜੀ, ਹੁਣ ਆਪਾਂ ਲੰਚ ਬਣਾਉਣ ਲੱਗੇ ਅਤੇ ਹੁਣ ਆਪਾਂ ਡਿਨਰ ਬਣਾਉਣ ਲੱਗੇ, ਇਹੀਓ ਚੀਜ਼ਾਂ ਮੈਂ ਕਰ ਰਹੀ ਹਾਂ। ਬਟ ਕਿਤੇ ਨਾ ਕਿਤੇ ਮੈਂ ਪਿੱਛੇ ਆ, ਮੇਰਾ ਕੋਈ ਨਾ ਕੋਈ ਕਸੂਰ ਹੈ, ਕਿਉਂਕਿ ਐਵੇਂ ਤਾਂ ਹੁੰਦਾ ਨਹੀਂ। ਉਹੀ ਗੱਲ ਆ ਗਈ ਕਿ ਹੋ ਸਕਦਾ ਕੋਈ ਯੂਟਿਊਬ ਦੀ ਸੈਟਿੰਗ ਦਾ ਰੌਲਾ ਆ, ਜਾਂ ਤਾਂ ਕੋਈ ਜਿਹੜੀ ਸੈਟਿੰਗ ਆ ਅਤੇ ਉਹ ਪਤਾ ਲੱਗੇ, ਫਿਰ ਵੀ ਮੈਂ ਚਲੋ ਉਹ ਸੈਟਿੰਗ ਨੂੰ ਕਰਕੇ ਕਰ ਸਕਾਂ। ਮੇਰੀ ਰਿਕੁਐਸਟ ਆ ਹੁਣ ਜਿਹੜੇ ਬਹੁਤ ਉੱਤੇ ਯੂਟਿਊਬਰ ਆ, ਜਿੱਦਾਂ ਸੌਰਭ ਜੋਸ਼ੀ ਹੋ ਗਿਆ, ਮੇਰੇ ਤਾਂ ਖੈਰ ਸਾਰੇ ਬੱਚਿਆਂ ਵਰਗੇ ਆ, ਸੌਰਭ ਜੋਸ਼ੀ ਹੋ ਗਿਆ ਔਰ ਟ੍ਰਿਗਰ ਇਨਸਾਨ ਹੋ ਗਿਆ, ਇਹਨਾਂ ਨੂੰ ਇਹਨਾਂ ਦੇ ਹੋ ਗਿਆ ਕੈਰੀ ਮਨੰਤੀ, ਤਾਂ ਚਲੋ ਉਹ ਹਾਈ ਫਾਈ ਬੰਦਾ ਹੈ। ਇਹ ਜਿਹੜੇ ਹੈ ਨਾ, ਇਹਨਾਂ ਦੇ ਵਿੱਚ ਮੈਂ ਇਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਭਰਾ ਮੈਨੂੰ ਦੱਸ ਦਿਓ, ਬੱਚੇ ਮੈਨੂੰ ਦੱਸ ਦਿਓ ਕਿ ਮੈਂ ਕਿਹੜੀ ਸੈਟਿੰਗ ਕਰਾਂ, ਕਿ ਮਿਲੀਅਨ 'ਚ ਤਾਂ ਨਹੀਂ, ਚਲੋ ਹਜ਼ਾਰਾਂ 'ਚ ਤਾਂ ਪਹੁੰਚ ਜਾਵਾਂ। ਮੈਂ ਬਹੁਤ ਕਈ ਵੇਲੇ ਸੱਚੀ ਇੰਨੀ ਡੀਮੋਟੀਵੇਟ ਹੋ ਜਾਂਦੀ ਹਾਂ ਨਾ, ਮੈਂ ਸੋਚ ਰਹਿੰਦੀ ਕਿ ਮੈਂ ਚੈਨਲ ਬੰਦ ਕਰ ਦੇਣਾ। ਫਿਰ ਮੇਰੀ ਬੇਟੀ ਮੇਰੀ ਥੋੜ੍ਹੀ ਜਿਹੀ ਮੈਨੂੰ ਮੋਟੀਵੇਟ ਕਰਦੀ ਆ, ਮੇਰੇ ਹਸਬੈਂਡ ਕਿ ਨਹੀਂ ਮੰਮਾ ਇੱਦਾਂ ਕਰਦੇ ਤੁਸੀਂ, ਕਰਦੇ ਹੋ ਜੂਗਾ, ਕਹਿੰਦੇ ਤੁਸੀਂ ਬਣਾਈ ਜਾਓ ਮੰਮਾ, ਜਦੋਂ ਹੋਣਾ ਹੋਊਗਾ ਹੋ ਜੂਗਾ, ਤੁਸੀਂ ਕਿਹੜਾ ਇਹ ਸੋਚ ਕੇ ਬਣਾਇਆ ਸੀਗਾ ਕਿ ਮੈਨੂੰ ਪੈਸੇ ਆਉਣੇ ਆ ਕਿੱਦਾਂ। ਮੈਂ ਕਿਹਾ ਨਹੀਂ ਯਾਰ, ਉਹ ਬੇਇੱਜ਼ਤੀ ਜਿਹੀ ਮਹਿਸੂਸ ਹੁੰਦੀ ਕਿ ਇੰਨਾ ਇਨਸਾਨ ਮਿਹਨਤ ਕਰਦਾ ਵਾ ਬਰਾਬਰ ਦੀ, ਮਤਲਬ ਇੰਨੀ ਜਿੱਦਾਂ ਆਮ ਲੋਕ ਵੀਡੀਓ ਬਣਾਉਂਦੇ ਉਦੋਂ ਮੈਂ ਬਣਾਉਂਦੀ ਹਾਂ, ਅਤੇ ਮੈਂ ਫਿਰ ਵੀ ਇੰਨੀ ਪਿੱਛੇ ਜਾ ਰਹੀ ਹਾਂ, ਅਤੇ ਉਹ ਲੱਗਦਾ ਰਹਿੰਦਾ ਕਿ ਲੋਕ ਕਹਿੰਦੇ ਹੁਣ ਇਹਦੇ 25 ਵਿਊਜ਼, ਇਹਦੇ 35 ਵਿਊਜ਼, ਇਹ ਚੀਜ਼ਾਂ ਦੇਖ ਕੇ ਥੋੜ੍ਹੇ ਬੰਦੇ ਨਾਲ ਮਨ ਤਾਂ ਹੋ ਹੀ ਜਾਂਦਾ ਹੈ ਨਾ, ਤੁਸੀਂ ਸਮਝ ਸਕਦੇ ਆ ਇਸ ਗੱਲ ਨੂੰ। ਪਰ ਫਿਰ ਵੀ ਇੱਕ ਹੋਪ ਦੇ ਨਾਲ ਅੱਜ ਦੀ ਵੀਡੀਓ ਮੈਂ ਬਣਾਈ ਆ ਕਿ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਮੈਂ ਬਲੌਗ ਹਿੰਦੀ 'ਚ ਬਣਾਵਾਂ ਜਾਂ ਪੰਜਾਬੀ। ਚਲੋ ਜੀ, ਅੱਜ ਦਾ ਟੌਪਿਕ ਮੇਰਾ ਇਹੀ ਸੀ, ਔਰ ਫਿਰ ਇੱਕ ਵਾਰੀ ਰਿਕੁਐਸਟ ਆ ਮੇਰੀ ਹਾਈ ਫਾਈ ਯੂਟਿਊਬਰਸ ਨੂੰ
ਰੱਬ ਉਹਨਾਂ ਨੂੰ ਹੋਰ ਤਰੱਕੀਆਂ ਦੇਵੇ, ਹੋਰ ਉਹ ਅਰਸ਼ਾਂ ਤੇ ਪਹੁੰਚਣ, ਪਰ ਮੇਰੀ ਇੰਨੀ ਕੁ ਮਦਦ ਕਰ ਦੇਣ ਕਿ ਮੈਨੂੰ ਦੱਸ ਦੇਣ ਕਿ ਮੈਂ ਕੀ ਕਰਾਂ। ਐਕਚੁਅਲੀ ਪਤਾ ਕਿ ਅੱਜ ਕੱਲ੍ਹ ਬੱਚੇ ਬਹੁਤ ਐਕਸਪਰਟ ਆ, ਔਰ ਇਹ ਜਿੰਨੇ ਛੋਟੀ ਛੋਟੀ ਏਜ ਦੇ ਬੱਚੇ ਆ ਸਾਰੇ, ਜਿਹੜੇ ਇਸ ਵੇਲੇ ਅੱਛੇ ਯੂਟਿਊਬਰ ਬਣੇ ਆ, ਗੋਡ ਬਲੈਸ ਦੈਮ, ਰੱਬ ਉਹਨਾਂ ਦੀ ਲੰਬੀ ਉਮਰ ਕਰੇ, ਉਹਨਾਂ ਨੂੰ ਬਹੁਤ ਅਰਸ਼ਾਂ 'ਤੇ ਪਹੁੰਚਾਵੇ। ਕਿਉਂਕਿ ਇੱਕ ਮਾਂ ਬਾਪ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਜਦੋਂ ਉਹਨਾਂ ਦੇ ਬੱਚੇ ਤਰੱਕੀ ਕਰਦੇ ਆ, ਹੈ ਨਾ। ਅਤੇ ਬਸ ਜੀ, ਅੱਜ ਦਾ ਟੋਪਿਕ ਮੇਰਾ ਮੈਂ ਇੱਥੇ ਖਤਮ ਕਰਦੀ ਹਾਂ। ਅਤੇ ਇੱਦਾਂ ਦੀਆਂ ਗੱਲਾਂ ਬਾਤਾਂ ਦੇ ਟੋਪਿਕ ਮੇਰੇ ਕੋਲ ਬਹੁਤ ਹੁੰਦੇ ਆ, ਮਤਲਬ ਟੋਪਿਕ ਦਾ ਮਤਲਬ ਇਨ ਦੀ ਸੈਂਸ ਮੇਰੇ ਮਾਇੰਡ 'ਚ ਕਿਵੇਲੇ ਹੋਊਗਾ ਆਹ ਚੀਜ਼ ਇੱਦਾਂ ਇੱਦਾਂ। ਓਕੇ, ਮੈਂ ਕੱਲ੍ਹ ਨੂੰ ਇਹਦੇ 'ਤੇ ਵੀਡੀਓ ਬਣਾਉਂਦੀ ਹਾਂ, ਫਿਰ ਮੈਂ ਗੱਲ ਕਰਦੀ, ਫਿਰ ਮੈਨੂੰ ਹੋ ਜਾਂਦਾ ਕਿ ਨਹੀਂ ਉਹਨਾਂ ਨੇ ਕਹਿਣਾ ਤਾਂ ਸਿਰਫ ਬਲਾ 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 ਹੀ ਕਰਦੀ ਰਹਿੰਦੀ ਆ। ਬਟ ਨਹੀਂ ਯਾਰ, ਕਈ ਵੇਲੇ ਇੱਦਾਂ ਦੇ ਵੀ ਇੱਦਾਂ ਦੀਆਂ ਵੀ ਗੱਲਾਂ ਹੁੰਦੀਆਂ ਜਿਹੜਾ ਦਿਲ ਕਰਦਾ ਕਿਸੇ ਨਾਲ ਕਰਨ ਨੂੰ, ਹੈ ਨਾ, ਔਰ ਉਹਦੇ ਤੋਂ ਸਿੱਖਣ ਨੂੰ, ਹੈ ਨਾ। ਫਿਰ ਜੇ ਮੈਂ ਤੁਹਾਡੇ ਨਾਲ ਹੋ ਸਕਦਾ ਆਪਣੀ ਕੋਈ ਗੱਲ ਕਰਦੀ ਹਾਂ ਜਾਂ ਆਪਣਾ ਕੋਈ ਇਹੋ ਜਿਹੀ ਟੋਪਿਕ ਤੁਹਾਡੇ ਅੱਗੇ ਰੱਖਦੀ ਹਾਂ, ਹੋ ਸਕਦਾ ਤੁਸੀਂ ਮੈਨੂੰ ਕੋਈ ਅੱਛੀ ਸਲਾਹ ਦਿਓ, ਹੋ ਸਕਦਾ ਤੁਸੀਂ ਮੈਨੂੰ ਕੋਈ ਮੋਟੀਵੇਟ ਕਰੋ, ਸੋ ਮੈਂ ਕਈ ਵੇਲੇ ਗੱਲਾਂ ਕਰ ਲੈਂਦੀ ਹਾਂ। ਓਕੇ ਜੀ, ਮਿਲਦੇ ਆਪਣੇ ਅਗਲੇ ਬਲੌਗ ਦੇ ਵਿੱਚ। ਗੋਡ ਬਲੈਸ ਯੂ ਆਲ, ਲਵ ਯੂ ਆਲ, ਬਾਏ ਬਾਏ, ਲਵ ਯੂ।